ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਚਿੱਠੀ ਤੇ ਸਿਆਸਤ ਖੂਬ ਭਖਦੀ ਹੋਈ ਨਜ਼ਰ ਆ ਰਹੀ ਹੈ। ਗਡਕਰੀ ਨੇ ਸਾਜ਼ਿਸ਼ ਦੇ ਤਹਿਤ ਇਹ ਚਿੱਠੀ ਲਿਖੀ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਵੀ ਵੱਡਾ ਨਿਸ਼ਾਨਾ ਸਾਧਿਆ ਗਿਆ। ਉਹਨਾਂ ਦਾ ਕਹਿਣਾ ਕਿ ਗਡਕਰੀ ਨੇ ਸਾਜ਼ਿਸ਼ ਦੇ ਤਹਿਤ ਇਹ ਚਿੱਠੀ ਲਿਖੀ ਹੈ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ। ਗਡਕਰੀ ਨੇ ਇੱਕ ਸਾਜ਼ਿਸ਼ ਦੇ ਤਹਿਤ ਇਹ ਚਿੱਠੀ ਲਿਖੀ ਹੈ। ਸਾਜ਼ਿਸ਼ ਦੇ ਤਹਿਤ ਰੋਕੇ ਜਾ ਰਹੇ ਨੇ ਪੰਜਾਬ ਦੇ ਫੰਡ। ਹਰਪਾਲ ਸਿੰਘ ਚੀਮਾ ਦੇ ਵੱਲੋਂ ਕੇਂਦਰ ਤੇ ਵੱਡਾ ਇਲਜ਼ਾਮ ਲਗਾਇਆ ਗਿਆ। ਉਹਨਾਂ ਦਾ ਕਹਿਣਾ ਕਿ ਹੋਰ ਫੰਡ ਰੋਕਣ ਦਾ ਰਾਹ ਬਣਾਇਆ ਜਾ ਰਿਹਾ ਹੈ। ਬੀਜੇਪੀ ਪੰਜਾਬ ਨੂੰ ਨਫ਼ਰਤ ਕਰਦੀ ਹੈ। ਗਡਕਰੀ ਨੇ ਆਪਣੀ ਚਿੱਠੀ ਦੇ ਵਿੱਚ ਦਰਅਸਲ NHAI ਦੇ ਅਧਿਕਾਰੀਆਂ ਨੂੰ ਧਮਕੀ ਦੇਣ ਦਾ ਮੁੱਦਾ ਚੁੱਕਿਆ। ਪੰਜਾਬ ਦੇ ਵਿੱਚ NHAI ਦੇ 8 ਪ੍ਰੋਜੈਕਟ ਰੱਦ ਕਰਨ ਦੀ ਜੋ ਕਿ ਨਿਤਿਨ ਗਡਕਰੀ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਕਿ ਕਾਨੂੰਨ ਵਿਵਸਥਾ ਦੇ ਪੈਂਡਿੰਗ ਮੁੱਦੇ ਸੁਲਝਾਏ ਜਾਣ। 14,288 ਕਰੋੜ ਰੁਪਏ ਦੇ ਪ੍ਰੋਜੈਕਟ ਰੱਦ ਵੀ ਹੋ ਸਕਦੇ ਨੇ। ਇਹ ਵੱਡੀ ਚੇਤਾਵਨੀ ਨਿਤਿਨ ਗਡਕਰੀ ਦੇ ਰਹੇ। ਉਹਨਾਂ ਦਾ ਕਹਿਣਾ ਕਿ NHAI ਦੇ ਠੇਕੇਦਾਰਾਂ 'ਤੇ ਹਮਲਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ। 2 ਮਾਮਲੇ ਮੇਰੇ ਧਿਆਨ ਦੇ ਵਿੱਚ ਲਿਆਂਦੇ ਗਏ ਨੇ। ਜਲੰਧਰ ਦੇ ਵਿੱਚ ਠੇਕੇਦਾਰ ਅਤੇ ਇੰਜੀਨੀਅਰ 'ਤੇ ਹਮਲਾ ਹੋਇਆ। ਲੁਧਿਆਣਾ ਦੇ ਵਿੱਚ ਪ੍ਰੋਜੈਕਟ ਕੈਂਪ ਨੂੰ ਸਾੜਨ ਦੀ ਧਮਕੀ ਦਿੱਤੀ ਗਈ ਹੈ, ਜੋ ਨਿਤਿਨ ਗਡਕਰੀ ਦਾ ਬਿਆਨ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਐਕਸ਼ਨ ਲਿਆ ਜਾਵੇ। ਉਹਨਾਂ ਨੇ ਇਹ ਵੀ ਮੰਗ ਕੀਤੀ ਹੈ, ਐਕਸਪ੍ਰੈਸ ਵੇ ਦੇ ਲਈ ਜ਼ਮੀਨਾਂ ਅਕਵਾਇਰ ਕਰਨ ਦਾ ਮੁੱਦਾ ਵੀ ਚੁੱਕਿਆ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਸਭ ਤੋਂ ਬਿਹਤਰ ਹੈ। ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ। ਪੰਜਾਬ ਪੁਲਿਸ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਸਭ ਤੋਂ ਬਿਹਤਰ ਹੈ। ਜਿਤਨੇ ਵੀ ਪ੍ਰੋਜੈਕਟ ਨੈਸ਼ਨਲ ਹਾਈਵੇ ਅਥਾਰਟੀ ਕੇ ਇੰਡੀਆ ਕੇ ਪੰਜਾਬ ਮੇਂ ਚੱਲ ਰਹੇ ਹੈ, ਵੋ ਸਭੀ ਪੇ ਕਾਰਵਾਈ ਹੋ ਰਹਾ ਹੈ। ਮੈਂ ਸਮਝਤਾ ਹੂੰ ਜਾਣ ਬੁੱਝ ਕੇ ਇੱਕ ਸੋਚੀ ਸਮਝੀ ਸੜਯੰਤਰ ਕੇ ਤਹਿਤ, ਇੱਕ ਕੰਸਪਰੇਸੀ ਕੇ ਤਹਿਤ ਉਹਨਾਂ ਨੇ ਐਸਾ ਬਿਆਨ ਦਿਆ ਹੈ। ਪੰਜਾਬ ਮੇਂ ਲਾ ਐਂਡ ਆਰਡਰ ਕੀ ਪੋਜੀਸ਼ਨ ਜੋ ਹੈ ਬਹੁਤ ਅੱਛੀ ਹੈ। ਪੰਜਾਬ ਮੇਂ ਉਦਯੋਗ ਆ ਰਹੇ ਹੈ, ਪੰਜਾਬ ਮੇਂ ਇੰਡਸਟਰੀ ਆ ਰਹੀ ਹੈ, ਔਰ ਪੰਜਾਬ ਆਗੇ ਬੜ ਰਿਹਾ ਹੈ। ਬਹੁਤ ਸਾਰੇ ਫੰਡ ਜੋ ਹਮਾਰੇ ਰੂਰਲ ਡਿਵੈਲਪਮੈਂਟ ਫੰਡ ਹੈ, ਨੈਸ਼ਨਲ ਹੈਲਥ ਮਿਸ਼ਨ ਕੇ ਪੈਸੇ ਹੈ, ਹਮਾਰੇ ਕੈਪੀਟਲ ਅਸਿਸਟੈਂਟ ਹੈ, ਵੋ ਸਭੀ ਪੈਸੇ ਸੈਂਟਰ ਸਰਕਾਰ ਨੇ ਇੱਕ ਸ਼ਡਯੰਤਰ ਕੇ ਤਹਿਤ, ਇਹ ਕੰਸਪਰੇਸੀ ਕੇ ਤਹਿਤ ਹਮਾਰੇ ਰੋਕੇ ਹੋਏ ਹੈ। ਇਹੀ ਕਾਰਨ ਹੈ ਕਿ ਅਬ ਔਰ ਵੀ ਫੰਡ ਰੋਕਣੇ ਜਾ ਰਹੇ ਹੈ। ਸੋ ਮੈਂ ਸਮਝਤਾ ਹੂੰ ਪੰਜਾਬ ਸੇ ਭਾਰਤੀ ਜਨਤਾ ਪਾਰਟੀ ਨਫ਼ਰਤ ਕਰਤੀ ਹੈ। ਅਗਰ ਕੋਈ ਕਿਸਾਨੋ ਕੋ ਦਿੱਕਤ ਹੈ, ਇੱਕ ਕਿਸਾਨ ਕੋ ਆਪ 1 ਕਰੋੜ ਦੇਤੇ ਹੋ, ਦੂਸਰੇ ਕੋ 50 ਲੱਖ ਦੇਤੇ ਹੋ, ਅਗਰ ਵੋ ਪ੍ਰੋਟੈਸਟ ਕਰਦੇ ਹੋ, ਉਨਸੇ ਬਾਤ ਕਰੋ, ਕਿਸਾਨ ਯੂਨੀਅਨ ਸੇ ਬਾਤ ਕਰੋ, ਮੁੱਖ ਮੰਤਰੀ ਸੇ ਬਾਤ ਕਰੋ, ਤੋ ਹਮਾਰੇ ਖੇਤੀਬਾੜੀ ਮੰਤਰੀ ਸੇ ਬਾਤ ਕਰੋ, ਉਸ ਮਸਲੇ ਕੋ ਹੱਲ ਕਰੋ, ਡਾਇਲੋਗ ਸੇ ਬਾਤ ਕਰੋ। ਥ੍ਰੈਟ ਕਰਤੇ ਹੈ, ਥ੍ਰੈਟ। ਇੱਕ ਆਖਰੀ ਸਵਾਲ, ਉਹ ਕਹਿ ਰਹੇ ਕਿ ਹਾਈਵੇ ਬੰਦ ਕਰ ਦੇਂਗੇ, ਇਸ ਪਰ ਕਿਆ ਕਹੇਂਗੇ? ਉਹ ਤੋ ਥ੍ਰੈਟ ਕਰਤੇ ਹਰ ਬਾਤ ਪੇ, ਫੰਡ ਬੰਦ ਕਰ ਦੇਂਗੇ, ਹਾਈਵੇ ਬੰਦ ਕਰ ਦੇਂਗੇ। ਹਮਾਰੇ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ ਬਣਨਾ ਥਾ, NIV ਬਣਨਾ ਥਾ, ਉਸਕੋ ਉਠਾ ਕੇ ਜੰਮੂ ਮੇ ਲੈ ਗਏ, ਪੰਜਾਬ ਸੇ ਸਾਰੇ ਕੁਛ। ਤੋ ਪੰਜਾਬ ਸਰਕਾਰ ਦੇ ਸਿੱਧੇ ਤੌਰ ਤੇ ਹੁਣ ਕੇਂਦਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ। ਆਖਿਰਕਾਰ ਇਸ ਤੇ ਬੀਜੇਪੀ ਦਾ ਕਹਿਣਾ। ਸਾਡੇ ਨਾਲ ਬੀਜੇਪੀ ਦੇ ਆਗੂ ਵਨੀ ਜੋਸ਼ੀ ਜੁੜ ਚੁੱਕੇ ਨੇ। ਜੋਸ਼ੀ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਵੀ ਬਿਆਨ ਜ਼ਰੂਰ ਸੁਣਿਆ ਹੋਵੇਗਾ, ਹਾਲਾਂਕਿ ਪਹਿਲਾਂ ਜੋ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਵੱਲੋਂ ਹਵਾਲਾ ਦਿੱਤਾ ਗਿਆ ਧਮਕੀਆਂ ਵਾਲੇ ਮਾਮਲੇ ਦਾ, ਅਤੇ ਇਸ ਦੇ ਵਿਚਾਲੇ ਉਹਨਾਂ ਨੇ ਜਿਹੜੇ ਕਿ ਵੱਡੇ ਪ੍ਰੋਜੈਕਟ ਰੱਦ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ, ਪਰ ਪੰਜਾਬ ਸਰਕਾਰ ਦਾ ਕਹਿਣਾ, ਹਰਪਾਲ ਚੀਮਾ ਕਹਿ ਰਹੇ ਨੇ ਕਿ ਗਡਕਰੀ ਨੇ ਸਾਜ਼ਿਸ਼ ਦੇ ਤਹਿਤ ਚਿੱਠੀ ਲਿਖੀ ਆ, ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ। ਹਰਪਾਲ ਚੀਮਾ ਜੀ ਨੂੰ ਹਰ ਗੱਲ 'ਚ ਸਾਜ਼ਿਸ਼ ਦਿਖਦੀ ਹੈ, ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਹਰ ਗੱਲ ਸਾਜ਼ਿਸ਼ ਦਿਖਦੀ ਹੈ। ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਤੁਸੀਂ ਮੇਨਟੇਨ ਨਹੀਂ ਕਰਦੇ, ਫਰੋਤੀਆਂ ਲੋਜ ਲਈਆਂ ਜਾ ਰਹੀਆਂ ਨੇ, ATM ਲੁੱਟ ਜਾ ਰਹੇ ਨੇ, ਰਾਹ ਚੱਲਦੇ ਮਹਿਲਾਵਾਂ ਤੋਂ, ਮਾਵਾਂ ਭੈਣਾਂ ਤੋਂ ਚੇਨ ਸਨੈਚਿੰਗ ਹੋ ਰਹੀ ਹੈ, ਬਰੋਡ ਡੇ ਲਾਈਟ 'ਚ ਸਰੇਆਮ ਦਿਨ 'ਚ ਮਰਡਰ ਹੋ ਰਹੇ ਨੇ। ਔਰ ਹਰਪਾਲ ਸਿੰਘ ਜੀ ਦੀ ਪ੍ਰੋਬਲਮ ਤਾਂ ਇਹ ਹੈ ਕਿ ਉਹ ਹੈਗੇ ਫਾਈਨਾਂਸ ਮਿਨਿਸਟਰ, ਲਾਅ ਐਂਡ ਆਰਡਰ ਹੋਮ ਮਿਨਿਸਟਰ ਕੋਲ ਆਉਂਦਾ ਹੈ। ਹੁਣ ਹੋਮ ਮਿਨਿਸਟਰ CIE ਵਾਹ ਵਾਹੀ ਕਰਨ ਤੋਂ ਉਹ ਹਟ ਨਹੀਂ ਸਕਦੇ, ਜੇ ਹਟਣਗੇ ਕੱਲ੍ਹ ਨੂੰ ਫਾਈਨਾਂਸ ਮਿਨਿਸਟਰ ਵੀ ਨਹੀਂ ਰਹਿਣਗੇ। ਜੋਸ਼ੀ ਸਾਹਿਬ, ਸ਼ਾਇਦ ਤੁਹਾਡੇ ਨੈਟਵਰਕ ਦੀ ਕੋਈ ਦਿੱਕਤ ਹੈ, ਜੇ ਥੋੜਾ ਨੈਟਵਰਕ ਦੇ ਵਿੱਚ ਆ ਕੇ ਗੱਲ ਕਰ ਸਕੋ।
ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਨਹੀਂ ਪਹੁੰਚ ਰਹੀ। ਤੁਹਾਡੀ ਆਵਾਜ਼ ਘੱਟ ਰਹੀ ਹੈ, ਸ਼ਾਇਦ ਤੁਹਾਡੇ ਨੈਟਵਰਕ ਦੀ ਕੋਈ ਪ੍ਰੋਬਲਮ ਹੈ, ਜੇ ਥੋੜਾ ਹੋਰ ਨੈਟਵਰਕ ਦੇ ਵਿੱਚ ਆ ਕੇ ਗੱਲ ਕਰ ਸਕੋ। ਮੇਰੀ ਆਵਾਜ਼ ਬੈਟਰ ਹੋਈ ਕਿ ਪਹਿਲੇ ਤੋਂ? ਜੀ ਜੀ ਆਪਣੀ ਗੱਲ ਜਾਰੀ ਰੱਖੋ। ਹਾਂਜੀ ਮੈਂ ਇਹ ਕਹਿ ਰਿਹਾ ਕਿ ਪੰਜਾਬ ਦੇ ਅੰਦਰ ਰੋਜ਼ ਖਬਰਾਂ ਛਪ ਰਹੀਆਂ ਜੀ, ਟੀਵੀ ਚੈਨਲ ਵੀਡੀਓ ਦਿਖਾ ਰਹੇ ਨੇ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੇ ਨੇ, ਕਿਵੇਂ ਲੋਕਾਂ ਦੇ ਨਾਲ ਸਨੈਚਿੰਗ ਹੋ ਰਹੀ ਹੈ, ਏਟੀਐਮ ਤੇ ਲੁੱਟਾਂ ਖੋਆ ਹੋ ਰਹੀਆਂ ਨੇ। ਜੋਸ਼ੀ ਸਾਹਿਬ ਜੇਕਰ ਅਸੀਂ ਮੁੱਖ ਮੁੱਦੇ ਦੀ ਗੱਲ ਕਰੀਏ, ਜੋ ਦੋ ਮਾਮਲੇ ਜੋ ਨਿਤਿਨ ਗਡਕਰੀ ਜਿਸ ਦੋ ਮਾਮਲਿਆਂ ਦਾ ਹਵਾਲਾ ਦੇ ਰਹੇ, ਉਹਨਾਂ ਦਾ ਕਹਿਣਾ ਇੱਕ ਦੋ ਮਾਮਲੇ ਮੇਰੇ ਧਿਆਨ ਦੇ ਵਿੱਚ ਜੋ ਕਿ ਲਿਆਂਦੇ ਗਏ ਨੇ ਕਿ ਜਲੰਧਰ ਦੇ ਵਿੱਚ ਠੇਕੇਦਾਰ ਤੇ ਇੰਜੀਨੀਅਰ ਤੇ ਹਮਲਾ ਹੋਇਆ, ਉਸ ਗੱਲ ਦਾ ਹਵਾਲਾ ਉਹਨਾਂ ਨੂੰ ਦਿੱਤਾ ਜਾ ਰਿਹਾ, ਜੇਕਰ ਉਸ ਮੁੱਦੇ ਦੀ ਗੱਲ ਕਰੀਏ ਤਾਂ ਆਖਿਰਕਾਰ ਇਸ ਦੇ ਪਿੱਛੇ ਕੇਂਦਰੀ ਮੰਤਰੀ ਦਾ ਤਰਕ ਕੀ ਹੈ? ਮੇਰੀ ਬੇਨਤੀ ਹੈ ਤੇਜਾ ਜੀ, ਜਾਂ ਤਾਂ ਮੈਨੂੰ ਗੱਲ ਕਹਿ ਰਹਿਣ ਦਿਓ ਜਾਂ ਮੈਨੂੰ ਐਗਜ਼ਿਟ ਦੇ ਦਿਓ। ਨਹੀਂ ਨਹੀਂ ਗੱਲ ਪੂਰੀ ਰੱਖੋ ਤੁਸੀਂ, ਪਰ ਅਸੀਂ ਜੋ ਮੁੱਖ ਖਬਰ ਹੈ ਉਸ ਦੀ ਵੀ ਗੱਲ ਕਰੀਏ। ਉਹ ਸੁਣੋ ਮੇਰੀ ਗੱਲ, ਟੋਕਣਾ ਨਹੀਂ ਵਿੱਚ ਵਿੱਚ, ਜੇ ਉਹ ਕਹਿੰਦਾ ਕਿ ਲਾਅ ਐਂਡ ਆਰਡਰ ਦੀ ਪੰਜਾਬ ਦੀ ਬੇਸ ਸਿਚੁਏਸ਼ਨ ਬਹੁਤ ਚੰਗੀ, ਹਰਪਾਲ ਚੀਮਾ ਜੀ ਕਹਿੰਦੇ ਜਵਾਬ ਦੇਣਾ ਮੇਰਾ ਬਣਦਾ। ਨਹੀਂ ਨਹੀਂ ਸਰ, ਮੈਂ ਉਹ ਗੱਲ ਕਰ ਰਿਹਾ ਕਿ ਜੋ ਨਿਤਿਨ ਗਡਕਰੀ ਕਹਿ ਰਹੇ ਨੇ, ਟੋਕੋ ਨਾ, ਮੁੱਖ ਖਬਰ ਹੈ ਉਸ ਦਾ ਵੀ ਜ਼ਿਕਰ ਕਰੀਏ। ਨਿਊਜ਼ 18 ਦੇ ਜਿੰਨੇ ਦਰਸ਼ਕ ਹੈ ਸੁਣ ਲਓ, ਜੇ ਨਿਊਜ਼ 18 ਨੇ ਮੈਨੂੰ ਵਿੱਚ ਟੋਕਣਾ ਔਰ ਮੈਨੂੰ ਸਰਕਾਰ ਦੇ ਖਿਲਾਫ ਬੋਲਣ ਤੋਂ ਰੋਕਣਾ ਹੈ। ਨਹੀਂ ਨਹੀਂ ਸਰ, ਗੱਲ ਜਾਰੀ ਰੱਖੋ, ਮੈਂ ਨਹੀਂ ਰੋਕ ਰਿਹਾ। ਫਿਰ ਰੋਕਿਓ ਨਾ, ਰੋਕਿਓ ਨਾ, ਤੁਸੀਂ ਆਪਣੀ ਗੱਲ ਆਪਣੀ ਰੱਖੋ। ਮੈਂ ਆਪ ਜੀ ਨੂੰ ਬੇਨਤੀ, ਸਵਾਲ ਚੁੱਕੇ ਉਹਦੀ ਗੱਲ ਕਰ ਰਿਹਾ। ਮੇਰੀ ਆਪ ਜੀ ਨੂੰ ਬੇਨਤੀ ਹੈ, ਮੈਂ ਟੋਪਿਕ ਤੇ ਬੋਲ ਰਿਹਾ, ਮੈਨੂੰ ਬੋਲਣ ਤੋਂ, ਤੇ ਜੇ ਟੋਕਣਾ ਤੇ ਮੈਂ ਕੱਟ ਕਰ ਦੇਣਾ ਤੇ ਤੁਸੀਂ ਸਰਕਾਰ ਚਿੰਤਾ ਕਰੀ ਜੀ ਸਾਹਿਬ, ਕੰਟੀਨਿਊ ਕਰੋ ਸਰ, ਕੰਟੀਨਿਊ ਕਰੋ, ਮੈਂ ਤਾਂ ਕਹਿ ਰਿਹਾ ਗੱਲ ਰੱਖੋ ਆਪਣੀ। ਫਿਰ ਟੋਕੋ ਨਾ, ਵਿੱਚ ਟੋਕੋ ਨਾ। ਹਾਂਜੀ, ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੈ। ਹਰਪਾਲ ਚੀਮਾ ਜੀ ਕਹਿ ਰਹੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਠੀਕ ਹੈ, ਪੂਰਾ ਪੰਜਾਬ ਇਸ ਗੱਲ ਦਾ ਗਵਾਹ ਹੈ, ਅਖਬਾਰਾਂ ਚ ਰੋਜ਼ ਖਬਰਾਂ ਛਪਦੀਆਂ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੇ ਨੇ, ਚੈਨਲ ਖਬਰਾਂ ਨਸ਼ਰ ਕਰਦੇ ਨੇ। ਸੋ ਹੁਣ ਜਿਹੜਾ ਅਗਰ ਨੈਸ਼ਨਲ ਗਵਰਨਮੈਂਟ ਦੇ ਇੱਕ ਮਿਨਿਸਟਰ ਨੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਈ ਜ਼ਿੰਮੇਵਾਰ ਹੈ, ਉਹਨਾਂ ਨੇ ਜੇ NHAI ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਤੇ ਉਸ ਤੇ ਗਲਤ ਕੁਛ ਨਹੀਂ ਹੈ, ਪੰਜਾਬ ਸਰਕਾਰ ਨੂੰ ਉਹਦੇ ਉੱਪਰ ਐਕਸ਼ਨ ਲੈਣਾ ਚਾਹੀਦਾ। ਦੂਸਰੀ ਗੱਲ, ਇਹ ਕਹਿਣਾ ਗਲਤ ਹੈ ਕਿ ਪੰਜਾਬ ਨੂੰ ਨਫ਼ਰਤ ਕਰਦੇ ਨੇ। ਕਿਸੇ ਵੀ ਸੂਬੇ ਦੇ ਅੰਦਰ ਕੋਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਪ੍ਰੋਜੈਕਟ ਜਾਂਦਾ, ਉਹਦੇ ਥੱਲੇ ਲੈਂਡ ਡੈਕੁਏਸ਼ਨ ਕਰਨੀ, ਕੰਪਨਸੇਸ਼ਨ ਦੇਣਾ, ਇਹ ਸਾਰੀ ਕਲੀਅਰੈਂਸਿਸ ਦੇਣਾ, ਕਰਵਾਉਣਾ, ਇਹ ਜ਼ਿੰਮੇਵਾਰੀ ਉਸ ਸੂਬਾ ਸਰਕਾਰ ਦੀ ਹੁੰਦੀ ਹੈ। ਤੇ ਜੇ ਪੰਜਾਬ ਸਰਕਾਰ ਉਸ ਨਾਕਾਮਯਾਬ ਹੋ ਰਹੀ ਹੈ ਤੇ ਕੇਂਦਰ ਸਰਕਾਰ ਦਾ ਉਸ ਕੰਸਰਨਡ ਮੰਤਰੀ ਦਾ ਬਾਰ ਬਾਰ ਦੱਸਣਾ ਬਣਦਾ ਹੈ। ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਵੀ ਇਹਦੀ ਚਿੰਤਾ ਕਰਨ। ਤੀਸਰਾ, ਜਿਸ ਕੰਮ ਵਾਸਤੇ ਫੰਡ ਕੇਂਦਰ ਤੋਂ ਆਉਂਦਾ ਹੈ ਉਸੀ ਕੰਮ ਵਾਸਤੇ ਵਰਤਿਆ ਜਾਣਾ ਹੁੰਦਾ ਹੈ। ਇਹ ਸਰਕਾਰ 'ਚ ਜਿਸ ਕੰਮ 'ਚ ਪੈਸਾ ਆਉਂਦਾ ਉਸ ਕੰਮ 'ਚ ਲੱਗਣਾ ਹੁੰਦਾ ਹੈ। ਜੇ ਨੈਸ਼ਨਲ ਹੈਲਥ ਮਿਸ਼ਨ 'ਚ ਪੈਸਾ ਆਇਆ, ਐਕਸਰੇ ਮਸ਼ੀਨਾਂ ਵਾਸਤੇ ਪੈਸਾ ਆਇਆ, ਤੇ ਐਕਸਰੇ ਮਸ਼ੀਨਾਂ 'ਤੇ ਲੱਗਣਾ, ਉਹ ਮੰਤਰੀਆਂ ਦੇ ਕੋਠੀਆਂ ਦੇ ਸਵਿਮਿੰਗ ਪੂਲ ਵਾਸਤੇ ਨਹੀਂ ਲੱਗ ਸਕਦਾ। ਸੋ ਇਸ ਕਰਕੇ ਕੇਂਦਰ ਕੋਈ ਫੰਡ ਨਹੀਂ ਰੋਕਦਾ, ਜਿੰਨਾ ਫੰਡ ਭੇਜਦਾ ਉਹਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਮੰਗਦਾ, ਤੁਸੀਂ ਉਸਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਠੀਕ ਵਰਤੋਂ ਦਾ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਭੇਜੋ, ਤੁਹਾਨੂੰ ਅਗਲਾ ਫੰਡ ਆਉਂਦਾ। ਸੋ ਨਾ ਤਾਂ ਕੇਂਦਰ ਸਰਕਾਰ ਫੰਡ ਰੋਕਦਾ, ਨਾ ਹੀ ਕੇਂਦਰ ਸਰਕਾਰ ਬੇਵਜ੍ਹਾ ਪੰਜਾਬ ਨੂੰ ਬਦਨਾਮ ਕਰ। ਉਮੀਦ ਹੈ ਜੋਸ਼ੀ ਸਾਹਿਬ ਤੁਹਾਡਾ ਪੁਆਇੰਟ ਪੂਰਾ ਆ ਗਿਆ ਹੋਵੇਗਾ। ਤੁਸੀਂ ਜਿਵੇਂ ਕਹਿ ਰਹੇ ਸੀ ਕਿ ਤੁਹਾਡੀ ਗੱਲ ਨੂੰ ਰੋਕਿਆ ਜਾ ਰਿਹਾ, ਐਸੀ ਕੋਈ ਗੱਲ ਨਹੀਂ ਹੈ, ਠੀਕ ਹੈ, ਤੁਸੀਂ ਆਪਣਾ ਪੂਰਾ ਪੁਆਇੰਟ ਰੱਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਹਾਲਾਂਕਿ ਸਿੱਧੇ ਤੌਰ 'ਤੇ BJP ਦੇ ਵੱਲੋਂ ਹੁਣ ਸਰਕਾਰ 'ਤੇ ਪਲਟਵਾਰ ਕੀਤਾ ਜਾ ਰਿਹਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਚਿੱਠੀ 'ਤੇ ਜੋ ਕਿ ਖੂਬ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਦਾ ਕਹਿਣਾ, ਕੈਬਨਿਟ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਕਿ ਗਡਕਰੀ ਨੇ ਸਾਜਿਸ਼ ਦੇ ਤਹਿਤ ਚਿੱਠੀ ਲਿਖੀ ਹੈ, ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ, ਗਡਕਰੀ ਨੇ ਇੱਕ ਸਾਜਿਸ਼ ਦੇ ਤਹਿਤ ਇਹ ਪੂਰੀ ਚਿੱਠੀ ਲਿਖੀ ਹੈ ਅਤੇ ਸਾਜਿਸ਼ ਦੇ ਤਹਿਤ ਪੰਜਾਬ ਦੇ ਫੰਡ ਰੋਕੇ ਜਾ ਰਹੇ ਨੇ। ਸਾਡਾ ਐਜੀਟੇਸ਼ਨ ਕਰਨ ਦਾ ਹੱਕ ਹੈ, ਤਰੀਕਾ ਹੈ,
ਬਟ ਕਾਨੂੰਨ ਨੂੰ ਕਿਸੇ ਤਰੀਕੇ ਦੇ ਨਾਲ ਹੱਥ 'ਚ ਨਾ ਲਿਆ ਜਾਵੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋਵੇ, ਕਿਉਂਕਿ ਕੇਂਦਰ ਤਾਂ ਬੈਠਾ ਕਿ ਕੋਈ ਬਹਾਨਾ ਬਣਾ ਕੇ ਕਿ ਤੁਸੀਂ NHA ਦੇ ਅਧਿਕਾਰੀਆਂ ਨੂੰ ਕੁੱਟਤਾ ਜਾਂ ਮਾਰਤਾ ਜਾਂ ਉਹਨਾਂ ਨੂੰ ਨਾਲ ਉਹਨਾਂ ਨੂੰ ਫੜ ਲਿਆ, ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨਾ ਗੱਲਾਂ, ਇਹ ਨਹੀਂ ਕਰਨੀਆਂ ਚਾਹੀਦੀਆਂ ਕਿਸਾਨ ਭਰਾਵਾਂ ਨੂੰ ਵੀ, ਤਾਂ ਜੋ ਦਿੱਲੀ ਵਾਲਿਆਂ ਨੂੰ ਕੋਈ ਬਹਾਨਾ ਮਿਲ ਜਾਏ। ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ 14,000 ਕਰੋੜ ਰੁਪਏ ਦੇ ਪ੍ਰੋਜੈਕਟਸ ਨੇ, ਪਲੀਜ਼ ਸੰਗੀਤਾ ਵਿਖਾਉਣ, ਇਹਦੇ 'ਤੇ ਗੰਭੀਰਤਾ ਦਿਖਾਉਣ। ਮੈਂ ਤਾਂ 5-7 ਵਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫੋਨ ਕਰ ਚੁੱਕਿਆ ਕਿ ਜਿੱਥੇ ਲੈਂਡ ਨਹੀਂ ਮਿਲ ਰਹੀ, ਅਕੁਆਇਰ ਨਹੀਂ ਹੋ ਰਹੀ, ਆਓ ਆਪਾਂ ਸਾਰੇ ਜਾਣੇ ਰਲ ਕੇ ਉਹਨਾਂ ਨਾਲ ਗੱਲ ਕਰੀਏ। ਐਂਡ ਇਹਦੇ ਵਿੱਚ ਆਰਬੀਟ੍ਰੇਸ਼ਨ ਕੋਲ ਕਈਆਂ ਦੇ ਕੇਸਿਸ ਗਏ ਹੋਏ ਨੇ, ਉਹ ਆਰਬੀਟ੍ਰੇਸ਼ਨ 'ਚ ਜੇ ਉੱਥੇ ਜ਼ਮੀਨ ਦਾ ਭਾਅ ਕੋਈ ਜ਼ਿਆਦਾ ਹੈ ਤਾਂ ਕਿਵੇਂ ਨਾ ਕਿਵੇਂ ਉਹਨਾਂ ਦੀ ਜ਼ਮੀਨ ਦਾ ਭਾਅ ਜਿਹੜਾ ਵੀ ਮੌਕੇ ਦਾ ਹੈਗਾ ਉਹਨਾਂ ਨੂੰ ਆਰਬੀਟ੍ਰੇਟਰ ਦੇ ਰਾਹੀਂ ਦਵਾ ਕੇ ਉਹ ਪ੍ਰੋਜੈਕਟਾਂ ਨੂੰ ਹੱਲ ਕਰਨ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਦਾ ਕੰਮ ਕੀ ਹੈ? ਤੁਸੀਂ ਗ੍ਰਹਿ ਮੰਤਰੀ ਵੀ ਹੋ, ਕੀ ਸੂਬੇ ਦੀ ਤਰੱਕੀ, ਕੀ ਸੂਬੇ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਇਹ ਤੁਹਾਡਾ ਫਰਜ਼ ਨਹੀਂ? ਅਗਰ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਦਾ 3,263 ਕਰੋੜ ਰੁਪਏ ਦਾ ਨੁਕਸਾਨ ਹੋਇਆ ਤਾਂ ਇਹਦੀ ਭਰਪਾਈ ਕੌਣ ਕਰੇਗਾ? ਔਰ ਇਹ ਚਿੱਠੀ ਉਰੇ ਨਹੀਂ ਰੁਕਦੀ, ਇਸ ਤੋਂ ਅੱਗੇ ਵੀ ਨਿਤਿਨ ਗਡਕਰੀ ਸਾਹਿਬ ਨੇ ਸਪਸ਼ਟ ਕੀਤਾ ਕਿ ਜੇ ਪੰਜਾਬ ਦੇ ਇਹੀ ਹਾਲਾਤ ਰਹੇ ਤਾਂ ਜਿਹੜੇ ਬਾਕੀ ਰਹਿੰਦੇ ਪ੍ਰੋਜੈਕਟ ਨੇ, ਜਿਹੜੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14,288 ਕਰੋੜ ਹੈ, ਤਾਂ ਕੇਂਦਰ ਸਰਕਾਰ ਮਜਬੂਰੀ ਵੱਸ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਬੰਦ ਕਰ ਦੇਗੀ। ਮੁੱਖ ਮੰਤਰੀ ਸਾਹਿਬ, ਕੀ ਗੱਡੀਆਂ 'ਤੇ ਗਾਣੇ ਲਾ ਕੇ ਨੱਚਣਾ ਮੁੱਖ ਮੰਤਰੀ ਦਾ ਕੰਮ ਹੈ? ਕੀ ਵਿਰੋਧੀਆਂ ਨਾਲ ਤੂੰ ਤੂੰ ਮੈਂ ਝੂਠੀ ਇਲਜ਼ਾਮਬਾਜ਼ੀ ਮੁੱਖ ਮੰਤਰੀ ਦਾ ਕੰਮ ਹੈ? ਕਿਉਂਕਿ ਅੱਜ ਕੇਂਦਰ ਸਰਕਾਰ ਨੇ ਤੁਹਾਡੇ 'ਤੇ, ਤੁਹਾਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ। ਸਰ, ਇੱਕ ਨਿਤਿਨ ਗਡਕਰੀ ਨੇ ਲੈਟਰ ਲਿਖੀ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਲੈ ਕੇ, ਸਿੰਘਾ ਬੇ ਕਿਹਾ ਪੰਜਾਬ ਪੁਲਿਸ ਐਕਸ਼ਨ ਲੈ ਰਹੀ। ਦੇਖੋ, ਉਹਦੇ ਵਿੱਚ ਸਾਰਾ ਮਾਨਯੋਗ CM ਸਾਹਿਬ ਕੇ ਪੂਰਾ ਧਿਆਨ ਮੇਂ ਹੈ। ਔਰ ਇਸ ਕੇਸ ਮੇਂ ਆਲਰੇਡੀ ਜੋ ਪੂਰਾ ਇਸ਼ੂ ਹੈ, ਇਸ ਕੇ ਲਈ ਕਮੇਟੀ ਆਲਰੇਡੀ ਪੰਜਾਬ ਮੇਂ ਬਣੀ ਹੋਈ ਹੈ ਜੋ ਪੂਰਾ ਇਸ ਕੋ ਸੁਪਰਵਾਈਜ਼ ਕਰ ਰਹੀ ਹੈ। ਜਹਾਂ ਤੱਕ ਲਾਅ ਐਂਡ ਆਰਡਰ ਕਾ ਇਸ਼ੂ ਹੈ, ਪੰਜਾਬ ਪੁਲਿਸ, ਪੰਜਾਬ ਕੀ ਜੈਸੇ ਹਮਨੇ ਦੇਖਾ, ਪੰਜਾਬ ਕੀ ਜੋ ਲਾਅ ਐਂਡ ਆਰਡਰ ਸਥਿਤੀ ਹੈ, ਇਟ ਇਜ਼ ਵਨ ਆਫ ਦੀ ਬੈਸਟ ਇਨ ਦੀ ਕੰਟਰੀ। ਜੋ ਪਿੱਛੇ ਟਾਈਮਸ ਆਫ ਇੰਡੀਆ ਕਾ ਸਰਵੇ ਹੁਆ ਥਾ, ਉਸਮੇ ਪੰਜਾਬ ਦੂਸਰੇ ਨੰਬਰ ਪੇ ਥਾ ਲਾਅ ਐਂਡ ਆਰਡਰ ਕੇ ਪੁਆਇੰਟ ਆਫ ਵਿਊ ਸੇ। ਔਰ ਇਸ ਪਰਟੀਕੁਲਰ ਇਸ਼ੂ ਕੀ ਜਬ ਹਮ ਬਾਤ ਕਰੇ ਤੋ ਦੋ ਕੇਸਿਸ ਅਬ ਤੱਕ ਸਾਹਮਣੇ ਆਏ, ਇੱਕ ਲੁਧਿਆਣਾ ਰੂਰਲ ਮੇਂ, ਇੱਕ ਜਲੰਧਰ ਰੂਰਲ ਮੇਂ, ਇੱਕ ਦਾਕਾ ਪੁਲਿਸ ਸਟੇਸ਼ਨ ਕਾ ਥਾ ਔਰ ਇੱਕ ਨੂਰਮਹਿਲ ਪੁਲਿਸ ਸਟੇਸ਼ਨ ਕਾ ਥਾ। ਦੋਨੋ ਕੇਸਿਸ ਮੇਂ FIR ਰਜਿਸਟਰ ਹੋਈ ਹੈ, ਐਜ਼ ਪਰ ਲਾਅ ਉਸਮੇ ਕਾਰਵਾਈ ਕੀ ਜਾ ਰਹੀ ਹੈ। ਔਰ ਪੂਰੀ ਤਰ੍ਹਾਂ ਸੇ ਪੰਜਾਬ ਪੁਲਿਸ, ਪੰਜਾਬ ਗਵਰਨਮੈਂਟ, CM ਸਾਹਿਬ ਕੀ ਤਰਫ ਸੇ ਪੂਰੀ ਤਰ੍ਹਾਂ ਸੇ ਅਸ਼ੋਰਟੀ ਹੈ ਕਿ ਪੰਜਾਬ ਮੇਂ 100% ਇਸਕੀ ਜੋ ਹੈ ਨੈਸ਼ਨਲ ਹਾਈਵੇ ਕਾ ਪ੍ਰੋਜੈਕਟ ਹੈ, ਇਸਕੋ ਇੰਪਲੀਮੈਂਟ ਕੀਆ ਜਾ ਰਹਾ ਹੈ। ਜਹਾਂ ਪੇ ਵੀ ਦੇਖੋ, ਹਮਾਰੇ ਪੂਰੇ ਪੰਜਾਬ ਮੇਂ ਸਾਰੇ CP SSP ਕੋ ਪੂਰੀ ਤਰ੍ਹਾਂ ਸੇ, ਜਹਾਂ ਪੇ ਵੀ ਉਨਕੀ ਤਰਫ ਸੇ ਕੋਈ ਡਿਮਾਂਡ ਆਏਗੀ, ਜਹਾਂ ਪੇ ਵੀ ਉਨਕੋ ਜ਼ਰੂਰਤ ਹੋਗੀ, ਜਿਸ ਏਰੀਆ ਮੇਂ, ਜਿਸ ਜਗ੍ਹਾ ਪੇ, ਜਿਸ ਹਾਈਵੇ ਪ੍ਰੋਜੈਕਟ ਪੇ, ਪੂਰੀ ਸੁਰੱਖਿਆ ਦੀ ਜਾਏਗੀ ਉਨਕੋ।